ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ। ਅੱਜ ਅਸੀਂ ਜੋੜੀ ਮੂਵੀ ਦੀ ਕਨਫਰਮ OTT ਰਿਲੀਜ਼ ਡੇਟ ਲੈ ਕੇ ਹਾਜ਼ਰ ਹੋਏ ਆ। ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਗੱਲ ਕਰੀਏ ਜੋੜੀ ਮੂਵੀ ਦੀ, ਤੇ ਇਹ ਮੂਵੀ ਪਿਛਲੇ ਸਾਲ 5 ਮਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਸੀ। ਇਸ ਮੂਵੀ ਦੇ ਵਿੱਚ ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਦੀ ਸਾਨੂੰ ਫਰੈਸ਼ ਜੋੜੀ ਦੇਖਣ ਮਿਲੀ ਸੀ। ਇਸ ਜੋੜੀ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਵੀ ਕੀਤਾ ਸੀ। ਇਹ ਮੂਵੀ ਸਿਨੇਮਾ ਘਰਾਂ ਵਿੱਚ ਬਹੁਤ ਵਧੀਆ ਕਾਰੋਬਾਰ ਕਰਨ ਤੋਂ ਬਾਅਦ ਹੁਣ ਇਹ ਮੂਵੀ OTT ਤੇ ਆਉਣ ਨੂੰ ਤਿਆਰ ਹੈ। ਇਹ ਅਸੀਂ ਨਹੀਂ ਕਹਿ ਰਹੇ, ਇਸ ਮੂਵੀ ਦੇ ਰਾਈਟਰ ਐਂਡ ਡਾਇਰੈਕਟਰ ਅਮਰਦੀਪ ਸਿੰਘ ਵੱਲੋਂ ਕਿਹਾ ਗਿਆ ਹੈ। ਉਹਨਾਂ ਦੱਸਿਆ ਹੈ ਕਿ ਜਨਤਾ ਦੇ ਇਸ ਮੂਵੀ ਨੂੰ ਦੇਖਣ ਦੇ ਉਤਸ਼ਾਹ ਨੂੰ ਦੇਖਦਿਆਂ ਹੋਇਆ ਇਹ ਮੂਵੀ ਨੂੰ ਹੁਣ ਛੇਤੀ ਹੀ OTT ਤੇ ਰਿਲੀਜ਼ ਕੀਤਾ ਜਾਵੇਗਾ। ਜੇ ਗੱਲ ਕਰੀਏ ਇਸ ਮੂਵੀ ਦੇ OTT ਰਾਈਟ ਬਾਰੇ, ਤਾਂ ਇਸ ਮੂਵੀ ਦੇ OTT ਰਾਈਟ ਐਮਾਜ਼ੋਨ ਪ੍ਰਾਈਮ ਦੇ ਕੋਲ ਨੇ ਅਤੇ ਐਮਾਜ਼ੋਨ ਪ੍ਰਾਈਮ ਨੇ ਇਸ ਮੂਵੀ ਦੀ OTT ਰਿਲੀਜ਼ ਡੇਟ ਨੂੰ ਵੀ ਕਨਫਰਮ ਕਰਤਾ ਹੈ। ਜੇ ਗੱਲ ਕਰੀਏ ਇਸ ਮੂਵੀ ਦੀ ਰਿਲੀਜ਼ ਡੇਟ ਬਾਰੇ, ਤਾਂ ਇਹ ਮੂਵੀ ਸਾਨੂੰ 11 ਅਪ੍ਰੈਲ ਨੂੰ ਐਮਾਜ਼ੋਨ ਪ੍ਰਾਈਮ ਤੇ ਦੇਖਣ ਮਿਲੂਗੀ। ਇਹ ਖੁਦ ਅਮਰਦੀਪ ਸਿੰਘ ਨੇ ਕਨਫਰਮ ਕਰਤਾ ਹੈ ਅਤੇ 11 ਨੂੰ ਹੀ ਸਾਨੂੰ ਵਾਰਨਿੰਗ 2 ਵੀ ਚੌਪਾਲ 'ਤੇ ਦੇਖਣ ਮਿਲੂਗੀ, ਡਬਲ ਧਮਾਕਾ ਦੇਖਣ ਮਿਲੂਗਾ। ਅਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ।